ਆ ਚੈੱਕ ਕਰੋ ਨੁਕਸਾਨ ਕਰਤਾ ਹੁਣ ਕਰੇ ਖੜੀ ਗੱਡੀ ਦਾ ਡਰਾਈਵਰ ਬਣਦਾ ਸੀ ਦੇਖੋ ਆਪਦੇ ਘਰੇ ਕੰਮ ਮਿਸਤਰੀ ਲੱਗਣੇ ਮਾਮਾ ਰਹਿਣਾ ਇੱਥੇ ਲੱਗਣਾ ਹੁਣ ਕਹਿੰਦੇ ਮੈਨੂੰ ਬੜਾ ਸਵਾਦ ਆਉਂਦਾ ਪਰ ਕੋਈ ਹੋਵੇ ਨਾ ਉਦੋਂ ਨੀ ਕਰਦਾ ਮੈਂ ਲੈ ਦੁਕਾਨ ਤੇ ਆਇਆ ਸੀ ਬਾਈ ਤੇ ਇੱਕ ਨੁਕਸਾਨ ਹੋਰ ਹੋ ਗਿਆ ਆਹ ਦੇਖੋ ਚੈੱਕ ਕਰੋ ਹਾਂਜੀ ਗੁੱਡ ਮੋਰਨਿੰਗ ਅਤੇ ਸੱਜਣ ਪਿਆਰੇ ਅੱਜ ਆਪਣੇ ਗਏ ਨੇ ਅੰਮ੍ਰਿਤਸਰ ਮੱਥਾ ਟੇਕਣ ਅਤੇ ਜਿੰਮ ਆਪਾਂ ਨੂੰ ਲੱਗਦਾ ਅੱਜ ਇਕੱਲੇ ਨੂੰ ਲਾਉਣੀ ਪੈਣੀ ਹੈ ਲੈ ਵੀ ਚੈੱਕ ਕਰੋ ਪਾਣੀ ਖੜਾ ਨਾ ਇੱਥੋਂ ਦਾ ਜਿਹਾ ਲਾ ਲਓ ਪਾਣੀ ਸੀਗਾ ਵੀ ਇੱਥੇ ਇੱਥੇ ਤੱਕ ਹੁਣ ਤਾਂ ਆ ਤੇਲ ਪਵਾਉਣ ਅਤੇ ਮੌਸਮ ਦੇਖੋ ਕਿੱਡਾ ਮੌਸਮ ਹੋਇਆ ਵਿਆਹ ਦਾ ਹੁਣ ਮੈਂ ਕਹਿੰਦਾ ਫੇਰ ਨਾ ਜਿੰਮੀ ਕਿੱਥੇ ਆਹ ਚੈੱਕ ਕਰੋ ਪਾਣੀ ਕਿੰਨਾ ਖੜਾ ਵਾ ਇੱਥੇ ਹੈ ਦਰਿਆ ਬਣਿਆ ਪਿਆ ਕੀ ਯਾਰ ਇੰਨਾ ਪਾਣੀ ਖੜਦਾ ਹੁੰਦਾ ਕਿਤੇ ਚੈੱਕ ਕਰੋ ਦਰਾ ਬਣਿਆ ਪਿਆ ਦਰਾ ਕਿਹਾ ਵੀ ਜਿਹੜੇ ਨਿੱਕੇ ਮੋਟੇ ਕੰਮ ਸੀ ਉਹ ਆਪਾਂ ਲਈ ਕਰ ਤੇ ਹੁਣ ਹੋ ਗਏ ਆਪਾਂ ਫ੍ਰੀ ਤੇ ਚੱਲੇ ਹੁਣ ਜਿੰਮ ਜਿੰਮ ਚੱਲਦੇ ਹਾਂ ਉਹ ਤੋਂ ਪਹਿਲਾਂ ਚੱਲ ਕੇ ਨਾ ਘਰੇ ਥੋੜਾ ਵੇਖਦੇ ਅੱਜ ਆਪਣੇ ਨਾਲ ਜਿੰਮ ਕੌਣ ਕਰਦਾ ਜਸਣਾ ਤਾਂ ਅੱਜ ਹੈ ਨੀ ਗਾ ਉਹਦੀ ਬੜੀ ਬਾਸ਼ੀ ਹੁੰਦੀ ਹੈ ਚਲੋ ਵੈਸੇ ਤਾਂ ਗਿਆ ਵਾ ਧੋਖ ਲਾਉਣ ਗਿਆ ਵਾ ਪਤਾ ਟਿੱਕਣ ਗਿਆ ਅੰਮ੍ਰਿਤਸਰ ਚਲੋ ਚੈੱਕ ਕਰੋ ਕੋਈ ਵੀ ਹੈ ਨੀ ਗਾ ਆਪਾਂ ਹੀ ਲਾਉਣੀ ਹੈ ਅਤੇ ਕੋਈ ਚੱਕਰ ਨਹੀਂ ਜਿੰਨਾ ਚਿਰ ਜਸਣਾ ਨਹੀਂ ਆਉਂਦਾ ਉਨੇ ਚਿਰ ਆਪਾਂ ਲਾ ਲਾਂਗੇ ਇਕੱਲੇ ਗਾਣੇ ਗੁਣੇ ਚਲਾ ਲੈਂਦੇ ਹਾਂ ਕਿ ਲਾਈਟ ਹੀ ਹੈ ਲਾਈਟ ਤਾਂ ਹੈਗੀ ਹੈ ਚਲੋ ਚਲੋ ਮਿਲਦੇ ਹਾਂ ਜਿੰਮ ਖਾਣ ਤੋਂ ਬਾਅਦ ਲੈ ਵੀ ਸੱਜਣਾ ਨਾ ਦੋ ਹੋ ਗਿਆ ਰੈਡੀ ਅਤੇ ਹੁਣ ਚੱਲੇ ਛੋਟਾ ਮੋਟਾ ਕੰਮ ਕਰਨ ਕੋਈ ਕਹਿੰਦੇ ਮੈਨੂੰ ਬੜਾ ਸਵਾਦ ਆਉਂਦਾ ਪਰ ਕੋਈ ਹੋਵੇ ਨਾ ਉਦੋਂ ਨਹੀਂ ਕਰਦਾ ਮੈਂ ਜਦੋਂ ਇਕੱਲੇ ਹੋਈਦਾ ਨਾ ਉਦੋਂ ਹੀ ਕਰੀਦਾ ਕੋਈ ਰੋਡ 'ਤੇ ਹੋਵੇ ਤਾਂ ਨਹੀਂ ਕਰੀਦਾ ਟੂਰਨਾਮੈਂਟ ਸਟਾਰਟ ਹੋ ਗਏ ਕ੍ਰਿਕਟ ਵਾਲੇ ਸਟੇਡੀਅਮ 'ਚ ਬਾਕੀ ਮੌਸਮ ਕਰਕੇ ਕੰਮ ਸਾਰਾ ਖਰਾਬ ਹੋ ਜਾਂਦਾ ਮੈਂ ਵਿਚਾਰੇ ਦਾ ਕੋਈ ਕੰਮ ਨਾ ਖਰਾਬ ਹੋ ਜਾਵੇ ਜੀ ਛੱਡੋ ਯਾਰ ਮੈਂ ਕਹਿੰਦਾ ਮੌਸਮ ਚੈੱਕ ਕਰੋ ਬੱਦਲ ਕਿੰਨੇ ਘੈਂਟ ਲੱਗਣ ਡੇ ਆ ਨਾ ਐਂ ਲੱਗੀ ਜਾਂਦਾ ਕੋਈ ਸਮੋਕ ਹੈਗੀ ਆ ਆਹ ਵੇਖੋ ਸਿਰਾ ਜਮਾ ਗੱਲਬਾਤ ਓਕੇ ਰਿਪੋਰਟ ਆ ਲੈ ਫਿਰ ਸਮਾਨ ਆ ਗਿਆ ਤੁਸੀਂ ਆਉਂਦੇ ਆ ਤੇ ਜੱਗੂ ਬਾਈ ਜੀ ਆ ਗਏ ਆਪਣੇ ਆਹ ਬਾਈ ਜੀ ਕੀ ਰਿਪੋਰਟ ਹੈ ਹੋ ਗਿਆ ਕੰਮ ਡਨ ਓਕੇ ਹੁਣ ਸਮਾਨ ਲਵਾਂਗੇ ਘਰ ਇੱਥੇ ਹੁਣ ਆਪਦੇ ਘਰੇ ਕੰਮ ਮਿਸਤਰੀ ਲੱਗਣੇ ਮਾਮਾ ਰਹਿਣਾ ਇੱਥੇ ਹੀ ਲੱਗਣਾ ਹੁਣ ਲੈ ਵੀ ਖੜੋ ਉਤਾਰੋ ਲੱਗੋ ਬੱਚੋ ਲੱਗੋ ਇਹ ਹੁਣ ਆਪਾਂ ਹੀ ਲਾਉਣਾ ਸਾਰਾ ਸਮਾਨ ਹੋਰ ਕੋਈ ਹੈ ਨਹੀਂ ਗਾ ਇੱਥੇ ਕੰਮ ਕਰਨਾ ਪੈਣਾ ਭਰਾਵਾ ਇਹ ਤਾਂ ਗੱਡੀਆਂ ਨਹੀਂ ਚੱਲਦੀਆਂ ਚਲੋ ਏਰੀਆ ਸਾਡਾ ਬਾਗੜੀ ਹੈਗਾ ਨਾ ਤਾਂ ਪੰਜਾਬੀ ਦੇ ਵਿੱਚ ਵਾਲੇ ਬਾਗੜੀ ਚੱਲਦੀ ਹੈ ਇੰਨਾ ਤੁਸੀਂ ਅੰਡਰਸਟੈਂਡ ਕਰਦੇ ਹੋਵੋਗੇ ਹਨੂੰਮਾਨਗੜ੍ਹ ਅਤੇ ਗੰਗਾ ਨਗਰ ਏਰੀਆ ਨਾ ਸਾਡਾ ਬਾਗੜੀ ਬੈਲਟ ਵੱਜਦਾ ਸਹੀ ਨਾ ਬਾਈ ਜੀ ਹਾਂਜੀ ਹਾਲ ਬੁਰੇ ਹੋਏ ਪਏ ਇੱਕ ਵਾਰੀ ਤਾਂ ਹਾਂਜੀ ਹੂੰਜੀ ਪਤਾ ਨਹੀਂ ਲੱਗਦਾ ਥੱਕੇ ਪਏ ਆ ਬੰਦੇ
ਸੱਜਣ ਪਿਆਰੇ ਅੱਜ ਆ ਗਏ ਜੇ ਤੇ ਆਪਣੀ ਇੱਥੇ ਚੌਂਕੀ ਹੈਗੀ ਉੱਥੇ ਬਹਿੰਦੇ ਹੁੰਦੇ ਆਪਾਂ ਸ਼ਾਮ ਨੂੰ ਉੱਥੇ ਹੀ ਲੈ ਫਿਰ ਇੱਕ ਇੱਕ ਕਰਕੇ ਦੂਜਾ ਚਲੋ ਬਈ ਓਏ ਹੋਏ ਹੋਏ ਲੈ ਵੀ ਆ ਬੱਚਿਆ ਸਮਾਨ ਸਾਰਾ ਆਪਣੇ ਪਰਲੇ ਪਲਾਟ 'ਚ ਉਤਾਰਨ ਚੱਲੇ ਆ ਕਾਕੇ ਦਾ ਸਮਾਨ ਇਹ ਆ ਕਾਕੇ ਦਾ ਸਮਾਨ ਇਹ ਪਰਲੇ ਪਲਾਟ ਦੇ ਉੱਥੇ ਆਪਣਾ ਸਮਾਨ ਸਾਰਾ ਉੱਥੇ ਪਿਆ ਹੁੰਦਾ ਪੇੜ ਦਾ ਉੱਥੇ ਲਾਉਣ ਚੱਲੇ ਆ ਚੱਕਰ ਉਹਨੂੰ ਨੁਕਸਾਨ ਕਰਤਾ ਹੁਣ ਕਰੇ ਖੜੀ ਗੱਡੀ ਦਾ ਡਰਾਈਵਰ ਬਣਦਾ ਸੀ ਦੇਖੋ ਲੈ ਵੀ ਕੋਲਡ ਸਟਾਰਟ ਕੀਤਾ ਮੂੰਹ ਲਗੋਈ ਜਾਂਦੇ ਕੀ ਕੰਮ ਕਰੀ ਜਾਂਦੇ ਇਹੋ ਜਿਹੇ ਬਸ ਹੀ ਹੁਣ ਡਈ ਹੈ ਪੂਰੀ ਫਿਰ ਇਹ ਜੀ ਮਜ਼ਾਕ ਪਹਿਲਾਂ ਪਤਾ ਹੁੰਦਾ ਨਾ ਫਿਰ ਪਹਿਲਾਂ ਹੀ ਫੋਨ ਕਰ ਲੈਂਦਾ ਉਹ ਬਾਈ ਜੀ ਹੈ ਸਾਡੇ ਇਹਨੇ ਮਜ਼ਾਕ ਕੀਤੀ ਮੈਂ ਕਿਹਾ ਮੈਨੂੰ ਪਹਿਲਾਂ ਪਤਾ ਨਹੀਂ ਲੱਗਾ ਮੈਂ ਵਲੋਗ ਫੋਨ ਕਰ ਲੈਂਦਾ ਪਹਿਲਾਂ ਹੀ ਕਰਦੇ ਵੀ ਇੱਕ ਹੀ ਨਾਂ ਤੇ ਆ ਸੀਰੀਅਸ ਹੋ ਗਏ ਮੈਂ ਕਿਹਾ ਹੁਣ ਦੇਖ ਲੈ ਲੱਗੀ ਉਹਨੇ ਜੈ ਦੇਖਣਾ ਕੋਈ ਹੋਰ ਇਹ ਦੁੱਧ ਹੀ ਭਰਾ ਆਪਣਾ ਲਿਖਿਆ ਹੋਇਆ ਦੇਖ ਸਿੱਧੂ ਫਾਰਮ ਕਿਉਂ ਜਾਣਾ ਕਰਦੀ ਐਤਵਾਰ ਨੂੰ ਟਾਈਮ ਕੱਢ ਕੇ ਲੈ ਫਿਰ ਆਪਾਂ ਚੱਲੇ ਹਾਂ ਰਾਂਝੇ ਤੇ ਬਾਹਰ ਮੌਸਮ ਫੇਰ ਮੌਸਮ ਹੋਇਆ ਪਿਆ ਮੈਨੂੰ ਲੱਗਦਾ ਬਾਰਿਸ਼ ਆਊਗੀ ਤੇ ਬੁਲਟ ਮੈਂ ਕਾਫੀ ਦਿਨਾਂ ਬਾਅਦ ਚਲਾਇਆ ਆਲਮੋਸਟ 3-4 ਦਿਨ ਹੋ ਗਏ ਮੈਂ ਕੱਢਿਆ ਹੀ ਨਹੀਂ ਤਾਂ ਸਾਫ਼ ਵੀ ਨਹੀਂ ਕੀਤਾ ਚੈੱਕ ਕਰੋ ਹੈ ਥੋੜ੍ਹਾ ਮੈਲਾ ਜਿਹਾ ਹੋਇਆ ਮੈਂ ਕਿਹਾ ਚੈੱਕ ਕਰਾਇਆ ਮੈਂ ਪਹਿਲਾਂ ਦਿੱਕਤ ਕੀ ਹੋਈ ਹੈ ਇੱਕ ਮੈਨੂੰ ਲੱਗਦਾ ਬੁਲਟ ਦੀ ਆਵਾਜ਼ ਜ਼ਿਆਦਾ ਆਉਂਦੀ ਹੋਊਗੀ ਉਸ ਕਰਕੇ ਉਹ ਜੇ ਆਵਾਜ਼ ਘੱਟ ਆਉਂਦੀ ਹੋਵੇ ਤਾਂ ਐਡਜਸਟ ਕਰ ਲਿਓ ਅੱਜ ਬੁਲਟ ਤੇ ਹੈਗਾ ਨਾ ਲਈ ਫਿਰ ਡਾਕਟਰ ਕੋਲ ਆਇਆ ਡਾਕਟਰ ਚੈੱਕ ਕਰੀ ਜਾਂਦਾ ਇਹ ਪ੍ਰੋਬਲਮ ਕੀ ਹੈਗੀ ਹੈ ਬਈ ਡਾਕਟਰ ਕੰਮ ਲੋਡ ਕਰੂਗਾ ਹੁਣ ਇਹਦਾ ਲਵਾ ਸਵਾਰ ਕੇ ਚਲੋ ਬਈ ਇੱਕ ਵਾਰੀ ਬਾਰਿਸ਼ ਆ ਗਈ ਬਾਅਦ 'ਚ ਕੱਲ੍ਹ ਚੇਂਜ ਹੋਊਗਾ ਨਾ ਇੱਕ ਵਾਰ ਟਾਈਮ ਬਣੇ ਇਹਨਾਂ ਨੇ ਵੀ ਘਰੇ ਜਾਣਾ ਬਾਕੀ ਉਹ ਵਹਿੰਦਾ ਉਹਨੇ ਕਿਹਾ ਵੀ ਇੱਕ ਵਾਰੀ ਕੱਲ੍ਹ ਕਰਾਇਓ ਚੇਂਜ ਅੱਛਾ ਜੀ ਪੈਸੇ ਜੇਬ 'ਚ ਰੱਖੋ ਚਲੋ ਬਈ ਮੇਰੇ ਕਹਿਣ ਦੀ ਗੱਲ ਹੁਣ ਤੁਹਾਨੂੰ ਸੱਚ ਲੱਗਦੀ ਹੋਣੀ ਹੈ ਪਹਿਲਾਂ ਤਾਂ ਮੈਂ ਕਹਿੰਦਾ ਹੁੰਦਾ ਜੀ ਵਲੋਗ ਨਹੀਂ ਪਾਉਂਦਾ ਸੀਗਾ ਹੁਣ ਵਲੋਗ ਜੀ ਤੁਸੀਂ ਵੇਖ ਲਿਆ ਕਾਹਨੂੰ ਗੱਲਾਂ ਕਰਾ ਰੱਖੀਆਂ ਦੇਖ ਲਓ ਲੈ ਵੀ ਦੁਕਾਨ 'ਤੇ ਆਏ ਸੀ ਬਾਈ ਜੀ ਅਤੇ ਇੱਕ ਨੁਕਸਾਨ ਹੋਰ ਹੋ ਗਿਆ ਆਹ ਦੇਖੋ ਲਾਈਟ ਲੈ ਗਈ ਟੈਂਕੀ ਥੱਲੇ ਲੱਗੀ ਸੀ ਇਹਦੀ ਉਹ ਗ੍ਰਿਪ ਖਤਮ ਹੋ ਗਈ ਡਬਲ ਟੇਪ ਦੀ ਇੱਥੇ ਲੱਗੀ ਹੋਈ ਸੀ ਉੱਤੇ ਆ ਲੈ ਚਲੋ ਇਹ ਤਾਂ ਹੋ ਜੂਗੀ ਲੋਟ ਇਹ ਛੋਟੇ ਮੋਟੇ ਨੁਕਸਾਨ ਤਾਂ ਹੁੰਦੇ ਰਹਿੰਦੇ 10-20 ਰੁਪਏ ਵਾਲੇ ਲੈ ਵੇਖੋ ਟਾਈਮ ਕੀ ਹੈ ਬਾਈ ਦੇਖੋ ਬਾਰਿਸ਼ ਤਾਂ ਬੁਲਟ ਦੀ ਦੁਸ਼ਮਣ ਹੈ ਕੋਈ ਵੀ ਬੁਲਟ ਹੈ ਜਿਹੜਾ ਭਰਾ ਕੋਲ ਬੁਲਟ ਹੈਗਾ ਨਾ ਉਹ ਰਿਲੇਟ ਕਰੂਗਾ ਇਸ ਚੀਜ਼ ਨਾਲ ਲੈ ਵੀ ਸੱਜਣਾ ਫਿਰ ਅੱਜ ਦਾ ਵਲੋਗ ਆਪਾਂ ਇੱਥੇ ਐਂਡ ਕਰਨ ਲੱਗੇ ਹਾਂ ਆਈ ਹੋਪ ਤੁਹਾਨੂੰ ਵਲੋਗ ਵਧੀਆ ਲੱਗਾ ਹੋਊਗਾ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜੋ ਕੁਛ ਵੀ ਹੁੰਦਾ ਸਭ ਕੁਛ ਕਰ ਦਿਓ
ਤੇ ਮਿਲਦੇ ਆ ਨੈਕਸਟ ਵਲੌਗ 'ਚ, ਉਦੋਂ ਤੱਕ ਦੇ ਲਈ ਚੈੱਕ ਕਰੋ ਭਾਈ।